ਅਸੀਂ ਆਪਣੀ ਨੈਕਸਟ ਸਲਾਈਡ ਪੜਾਂਗੇ ਕਿ ਗੁਰਬਾਣੀ ਵਿੱਚ ਮਨ ਨੂੰ ਕੀ ਕਿਹਾ ਗਿਆ ਹੈ। ਮੈਂ ਕੁਛ ਐਗਜ਼ਾਮਪਲਸ ਰੱਖੇ ਨੇ ਔਰ ਉਹ ਕੁਛ ਐਗਜ਼ਾਮਪਲਸ ਅਸੀਂ ਪੜ੍ਹਦੇ ਹਾਂ ਗੁਰਬਾਣੀ ਵਿੱਚ ਵਰਤੀ ਗਈ ਸ਼ਬਦਾਵਲੀ। ਹਾਂਜੀ, ਨਰ ਜੀ ਅੰਧਾ ਪ੍ਰਾਣੀ ਮਨੁੱਖ ਮਾਨਸ ਆਦਿ ਇਹ ਸਾਰੇ ਲਫ਼ਜ਼ ਮਨ ਪਰਥਾਏ ਆਉਂਦੇ ਹਨ। ਹਾਂਜੀ, ਇਹ ਸਾਰੇ ਲਫ਼ਜ਼ ਮਨ ਦੇ ਬਾਰੇ ਵਰਤੇ ਗਏ ਨੇ। ਜਦੋਂ ਮਾਨਸ ਵੀ ਆਇਆ ਤਾਂ ਮਨ ਨੂੰ ਕਿਹਾ ਗਿਆ ਹੈ, ਬਾਡੀ ਨੂੰ ਨਹੀਂ ਕਿਹਾ ਗਿਆ। ਹਮ ਸਮਝਤੇ ਹੈ ਇਹ ਬਾਡੀ ਕੋ ਮਨੁਸ਼ ਜਾਂ ਮਨੁੱਖ ਬੋਲਾ ਗਿਆ, ਨਹੀਂ, ਮਨ ਕੋ ਬੋਲਾ ਗਿਆ। ਗੁਰਬਾਣੀ ਵਿੱਚ ਵਰਤੀ ਗਈ ਸ਼ਬਦਾਵਲੀ ਉਦਾਹਰਣ ਦੇ ਤੌਰ ਤੇ ਬਿਰਧ ਪਿਓ ਸੂਝੇ ਨਹੀਂ ਕਾਲ ਪਹੁੰਚਿਓ ਆਣ ਕੋ ਨਾਨਕ ਨਰ ਬਾਵਰੇ ਕਿਉਂ ਨਾ ਬਚੇ ਭਗਵਾਨ। ਮਨ ਨੂੰ ਨਰ ਕਿਹਾ ਗਿਆ ਤੇ ਮਨ ਬਿਰਧ ਹੁੰਦਾ ਹੈ। ਮਨ ਬੱਚਾ ਹੁੰਦਾ ਹੈ, ਮਨ ਬੁੱਢਾ ਹੁੰਦਾ ਹੈ, ਮਨ ਜਵਾਨ ਹੁੰਦਾ ਹੈ। ਤਰਨਾ ਪੋ ਇਉਂ ਹੀ ਗਿਓ ਲਿਓ ਜ਼ਰਾ ਤਨ ਜੀਤ। ਮਨ ਉੱਤੇ ਸਾਰੀ ਅਵਸਥਾਵਾਂ ਵਾਪਰਦੀਆਂ ਔਰ ਅਸੀਂ ਅੱਗੇ ਸਮਝਾਂਗੇ। ਜਦੋਂ ਮਨ ਪੈਦਾ ਹੁੰਦਾ ਹੈ ਉਸ ਤੋਂ ਬਾਅਦ ਡੇ ਬਾਈ ਡੇ ਮਨ ਬਣਦਾ ਜਾਂਦਾ ਹੈ, ਬਣਦਾ ਹੀ ਜਾਂਦਾ ਹੈ, ਬਣਦਾ ਹੀ ਜਾਂਦਾ ਹੈ, ਵੱਡਾ ਹੁੰਦਾ ਜਾਂਦਾ ਹੈ, ਵੱਡਾ ਹੁੰਦਾ ਜਾਂਦਾ ਹੈ ਔਰ ਵੱਡਾ ਹੀ ਹੁੰਦਾ ਜਾਂਦਾ ਹੈ। ਸੋ ਐਵਰੀ ਡੇ ਮਨ ਇਜ਼ ਇਵੋਲਵਿੰਗ, ਇਵੋਲਵ ਹੁੰਦਾ ਹੈ। ਇਹ ਗੱਲ ਵੱਖਰੀ ਹੈ ਕਿ ਚੰਗੇ ਪਾਸੇ ਇਵੋਲਵ ਹੋਵੇ ਜਾਂ ਮੰਦੇ ਪਾਸੇ ਹੋਵੇ। ਮਨ ਮੇਰੇ ਭੁੱਲੇ ਕਪਟ ਨਾ ਕੀਜੇ ਅੰਤ ਨਿਬੇਰਾ ਤੇਰੇ ਜੀ ਪੈ ਲੀਜੇ। ਹਾਂ, ਜੀ ਪੈ ਲੀਜੇ। ਜੀ ਹੁੰਦਾ ਮਨ ਦੇ ਅੰਦਰ ਵਸਦੇ ਰੱਬ ਜੀ, ਔਰ ਉੱਥੇ ਸੋਲੂਸ਼ਨ ਹੈ। ਔਰ ਮਨ ਨੂੰ ਕਿਹਾ ਤੂੰ ਕਪਟ ਕਰਦਾ ਰਹਿੰਦਾ, ਤੂੰ ਸੋਲੂਸ਼ਨ ਸਮਝ, ਨਿਜ ਕਰ ਜੀ। ਇੱਥੇ ਜੀ ਦਾ ਮਤਲਬ ਜਿੱਥੇ ਗੋਡ ਵਸਦਾ ਹੈ ਅੰਦਰੋਂ, ਜਿੱਥੋਂ ਰੀਅਲ ਖੁਦਾਈ ਪੈਗਾਮ, ਜ਼ਮੀਰ ਦੀ, ਵਿਲ ਦੀ, ਕੌਨਸ਼ੀਅਸ ਦੀ ਆਵਾਜ਼ ਜਿੱਥੋਂ ਆਉਂਦੀ ਹੈ, ਉੱਥੋਂ ਤੈਨੂੰ ਸੋਲੂਸ਼ਨ ਮਿਲ ਸਕਦਾ ਹੈ। ਆਪਣੇ ਭੋਗ ਭੋਗ ਕੇ ਹੋਏ ਬਸਮਣ ਭੋਰ ਸਦਾਇਆ ਇਸ ਦੀ ਅਖੀਰਲੀ ਪੰਕਤੀ ਹੈ। ਮਨ ਅੰਦੇ ਜਨਮ ਗਵਾਇਆ ਵਿੱਚ ਦੁਨੀਆ ਗਾਏ ਆਇਆ। ਹਾਂਜੀ, ਦੁਨੀਆ ਦਾ ਮਤਲਬ ਇਹ ਸਾਰੀ ਦੁਨੀਆ ਨੂੰ ਨਹੀਂ ਕਹਿੰਦੇ ਨੇ, ਦੁਨੀਆ ਦਾ ਮਤਲਬ ਇਸ ਥੋਟ ਪ੍ਰੋਸੈਸ ਵਿੱਚ, ਇਸ ਬੋਡੀ 'ਚ ਕਿਉਂ ਆਇਆ। ਮਨ ਨੂੰ ਕਹਿ ਰਹੇ ਨੇ, ਰੱਬ ਜੀ ਨੇ ਨਹੀਂ ਭੇਜਿਆ, ਮਨ ਇੱਥੇ ਪੈਦਾ ਹੋਇਆ ਔਰ ਇਹ ਅੰਧਾ ਹੈ। ਮਨ ਅੰਧਾ ਜਨਮ ਗਵਾਇਆ, ਸਾਰਾ ਗੜਬੜ ਕਰਦਾ ਹੈ। ਹਾਂਜੀ, ਸਾਰੇ ਅੰਗ ਮਨ ਦੇ ਅਧੀਨ ਕੰਮ ਕਰਦੇ ਹਨ। ਉਦਾਹਰਣ ਦੇ ਤੌਰ ਤੇ ਮਨੁੱਖ ਦੇ ਸਰੀਰ ਦੇ ਵੱਸ ਕੁਛ ਵੀ ਨਹੀਂ ਹੈ। ਆਲ ਆਰਗਨਸ ਆਰ ਵਰਕਿੰਗ ਸਬਜੈਕਟ ਟੂ ਮਨ। ਉਦਾਹਰਣ ਦੇ ਤੌਰ ਤੇ ਇਹ ਖਾਣ ਦਾ ਮੇਰਾ ਮਨ ਨਹੀਂ ਹੈ, ਉਹ ਖਾਣ ਤੇ ਮੇਰਾ ਮਨ ਹੈ। ਇਹਦਾ ਮਤਲਬ ਮਨ ਕਰਦਾ ਹੈ, ਖਾਂਦੀ ਜੀਭ ਹੈ, ਮੂੰਹ ਰਾਹੀਂ ਖਾਂਦੇ ਹਾਂ, ਬਟ ਸਬਜੈਕਟ ਟੂ ਮਨ। ਉੱਥੇ ਜਾਣ ਤੇ ਮੇਰਾ ਮਨ ਨਹੀਂ, ਉੱਥੇ ਜਾਣ ਤੇ ਮੇਰਾ ਮਨ ਕਰ ਰਿਹਾ ਹੈ। ਸੋ ਜਿੱਥੇ ਵੀ ਅਸੀਂ ਜਾਂਦੇ ਹਾਂ ਸਬਜੈਕਟ ਟੂ ਮਨ, ਮਨ ਲਿਜਾਂਦਾ, ਮਨ ਕਰਦਾ। ਆਪ ਹੀ ਅਸੀਂ ਕਹਿ ਰਹੇ ਉੱਥੇ ਜਾਣ ਤੇ ਮੇਰਾ ਮਨ ਨਹੀਂ ਹੈ, ਮਾਂ ਬੋਲ ਰਹੀ ਹੈ ਬੇਟਾ ਆਓ ਚਲੋ ਗੁਰਦੁਆਰੇ ਚੱਲੇ, ਨਹੀਂ ਮੰਮੀ ਮੇਰਾ ਮਨ ਨਹੀਂ ਹੈ। ਜੇ ਮੰਮੀ ਕਹੇ ਆਓ ਫਿਲਮ ਦੇਖਣੇ ਚਲਤੇ ਹਾਂ, ਹਾਂ ਮੇਰਾ ਮਨ ਕਰ ਰਿਹਾ, ਮੇਰਾ ਵੀ ਮਨ ਕਰ ਰਿਹਾ ਕਿ ਫਿਲਮ ਦੇਖਣੇ ਜਾਣਾ, ਮਨ ਕਰਦਾ ਹੈ। ਮਾਂ ਬੋਲ ਰਹੀ ਹੈ ਮੈਂ ਸਬਜ਼ੀ ਬਣਾਈ, ਨਹੀਂ ਮੇਰਾ ਮਨ ਨਹੀਂ ਕਰਦਾ, ਮੇਰੇ ਕੋਲ ਨੌਨ ਵੈਜ ਮੰਗਾ ਕੇ ਦਿਓ, ਮਨ ਕਹਿੰਦਾ ਹੈ। ਹਾਂਜੀ, ਉਹ ਬੰਦਾ ਮੈਨੂੰ ਮਨ ਕਰਕੇ ਭਾਉਂਦਾ ਹੀ ਨਹੀਂ, ਉਹ ਬੰਦਾ ਮੈਨੂੰ ਮਨ ਕਰਕੇ ਭਾਉਂਦਾ ਹੈ। ਸੋ ਇਹ ਸਾਰੇ ਨਾ ਬੰਧਨ ਨੇ ਮਨ ਦੇ। ਗੁਰੂ ਸਾਹਿਬ ਨੂੰ ਕਹਿੰਦੇ ਨੇ ਆਸ਼ਾ ਮਨਸਾ ਇਹ ਸਰੀਰ ਹੈ, ਅੰਤਰ ਜੋਤ ਜਗਾਏ। ਜੇ ਅੰਦਰ ਜੋਤ ਜਗਾਈ ਜਾਏ ਤਾਂ ਫਿਰ ਮਨ ਨੂੰ ਇਹ ਸਮਝ ਆਏਗੀ ਮੈਨੂੰ ਕੀ ਕਰਨਾ ਹੈ, ਕੀ ਖਾਣਾ ਹੈ, ਕਿਸ ਮਨੁੱਖ ਨੂੰ ਦੇਖ ਕੇ ਨਫ਼ਰਤ ਨਹੀਂ ਕਰਨੀ ਹੈ, ਕਿੱਥੇ ਜਾਣਾ ਹੈ, ਸਾਰਾ ਕੁਛ ਮਨ। ਸਤਸੰਗ ਜੀ, ਫਿਰ ਅਸੀਂ ਇਹ ਕਦੇ ਨਹੀਂ ਕਹਾਂਗੇ ਹਮ ਸਭ ਕਠਪੁਤਲੀਆਂ ਹੈ, ਜੈਸੇ ਭਗਵਾਨ ਨੇ ਚਾਹਤਾ ਨੱਚਦੇ ਰਹਿੰਦੇ ਹਾਂ, ਇਹ ਨਹੀਂ ਕਹਾਂਗੇ। ਫਿਰ ਕਹਾਂਗੇ ਨਹੀਂ, ਜੈਸੇ ਮੇਰਾ ਮਨ ਨਚਾਤਾ ਹੈ ਵੈਸੇ ਨੱਚਦੇ ਹੈ। ਉਹ ਜੀ ਹਮ ਸਭ ਭਗਵਾਨ ਕੀ ਕਠਪੁਤਲੀਆਂ ਹੈ, ਕਿਹੜੀ ਫਿਲਮ ਸੀ, ਰਾਜੇਸ਼ ਖੰਨਾ, ਆਨੰਦ।
सत्संग जी फिल्मों का साडे मन उत्ते असर बड़ा होंदा है। फिल्मों ने दिखाता हम कई जन्म के साथी हैं, है ना। फिल्मों ने सिखाता जी हम सब भगवान की कठपुतलियाँ हैं, जैसे जैसे नचाता है ओ जी जब के रस्सी खींच लेता है मर जाता है। यही सी ना, यही था ना आनंद फिल्म में राजेश खन्ना ऐसे ही बोला था ना। अब हम ऐसे नहीं बोलेंगे, फिल्म सिखा सकती है, धर्म नहीं सिखा रहा, धर्म नहीं कह रहा है भगवान की कठपुतलियां जैसे नचाता वैसे नाचते हैं। फिर तो सरकार की जरूरत नहीं है, फिर तो पुलिस की जरूरत नहीं है, फिर तो वकीलों की जरूरत नहीं है, फिर तो सारा क्राइम चलता रहेगा, जो मर्जी जिसको कुछ भी करता रहेगा। और हम कहेंगे भगवान नचा रहा है, भगवान कर रहा है।